ਕਹਿੰਦੇ ਆਪਣੇ ਸਰਵਿਸ ਸਟੇਸ਼ਨ ਦਾ ਜਿਹੜਾ ਸਮਾਨ ਆ, ਮਤਲਬ ਪ੍ਰੈਸ਼ਰ ਪ੍ਰੁਸ਼ਰ ਵਾਲਾ, ਉਹ ਸਮਾਨ ਵੀ ਆ ਗਿਆ ਵਾ। ਤੇ ਕਹਿੰਦੇ ਆਪਾਂ ਆਹ ਵਾਲਾ ਵਲੋਗ ਛੋਟ ਵਲੋਗ ਹੀ ਰੱਖਾਂਗੇ। ਹੈਲੋ ਗਾਇਜ਼, ਵੈਲਕਮ ਬੈਕ ਟੂ ਨਿਊ ਵਲੋਗ। ਤੇ ਗਾਇਜ਼, ਮੈਂ ਆਹ ਕਹਿਣਾ ਸੀਗਾ ਵੀ ਆਹ ਜਿਹੜੀ ਵੀਡੀਓ ਆ, ਆਹ ਪਲੀਜ਼ ਐਂਡ ਤੱਕ ਦੇਖਿਓ, ਕਿਉਂਕਿ ਆਹ ਥੋੜ੍ਹੀ ਜ਼ਰੂਰੀ ਵੀਡੀਓ ਆ, ਆਪਾਂ ਕੋਈ ਗੱਲਬਾਤ ਕਰਨੀ ਜ਼ਰੂਰੀ। ਸੋ ਐਂਡ ਤੱਕ ਦੇਖਿਓ ਵੀਡੀਓ। ਤੇ ਗਾਇਜ਼, ਹੁਣ ਵਲੋਗ ਮੈਂ ਸ਼ਾਮਾਂ ਨੂੰ ਕੀਤਾ ਸ਼ੁਰੂ, ਅਤੇ ਅੱਜ ਦਾ ਜਿਹੜਾ ਉੱਤੇ ਆਪਣੇ ਬੱਦਲ ਆ, ਉਹ ਤਾਂ ਬਹੁਤ ਹੀ ਸੋਹਣੇ ਲੱਗਣ ਦੇ। ਚੈੱਕ ਕਰਿਓ ਇੱਧਰੋਂ, ਵੱਡੇ ਵੱਡੇ ਆ ਥੋੜ੍ਹੇ ਜਿਹੇ ਬੱਦਲਾਂ ਦੇ, ਬੱਦਲਾਂ ਦੇ, ਅਤੇ ਇੱਥੋਂ ਦੇ ਉੱਧਰ ਛੋਟੇ 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 ਛੋਟੇ, ਅਤੇ ਉੱਧਰ ਫਿਰ ਵੱਡੇ। ਇੱਕ ਨਾ ਵਾਈਡ ਐਂਗਲ ਕਰਕੇ ਦਿਖਾਉਂਦਾ ਕਿੰਨਾ ਸੋਹਣਾ ਲੱਗਦਾ ਉੱਤੇ, ਕਰਿਓ ਚੈੱਕ। ਐਂ ਲੱਗਦਾ ਕਿਸੇ ਨੇ ਉੱਤੇ ਰੂੰ ਭੋਰ ਕੇ ਸੁੱਟਿਆ ਹੁੰਦਾ, ਇੱਦਾਂ ਦਾ ਬੱਦਲ ਹੋਇਆ। ਅਤੇ ਆਪਣਾ ਸਰਵਿਸ ਸਟੇਸ਼ਨ ਦਾ ਕੰਮ ਵੀ ਡਨ ਆ ਸਾਰਾ, ਉਹ ਆਪਾਂ ਇੱਕ ਵੀਡੀਓ ਪਾਈ ਸੀਗੀ ਜਦੋਂ ਆਪਾਂ ਲੈਂਟਰ ਦੇ ਸੀਗਾ ਪਾਉਣ ਉਹਦੇ, ਅਤੇ ਹੁਣ ਤੁਹਾਨੂੰ ਲੱਗ ਜਾ ਕੇ ਦਿਖਾਉਂਦੇ ਹਾਂ। ਕਹਿੰਦੇ ਆਪਣੇ ਸਰਵਿਸ ਸਟੇਸ਼ਨ ਦਾ ਜਿਹੜਾ ਸਮਾਨ ਆ, ਮਤਲਬ ਪ੍ਰੈਸ਼ਰ ਪ੍ਰੁਸ਼ਰ ਵਾਲਾ, ਉਹ ਸਮਾਨ ਵੀ ਆ ਗਿਆ ਵਾ। ਅਤੇ ਕੱਲ੍ਹ ਗਏ ਸੀਗੇ ਲੁਧਿਆਣੇ, ਅਤੇ ਉਹ ਪਾਰਟ ਆਪਾਂ ਨੈਕਸਟ ਫਲੋਰ 'ਚ ਲੈ ਲਾਂਗੇ, ਕਿਹੜਾ ਕਿਹੜਾ ਸਮਾਨ ਆ। ਠੀਕ ਆ, ਅਤੇ ਆਹ ਵਾਲੀਆਂ ਕੰਧਾਂ ਵੀ ਆਪਾਂ ਕਰਤੀਆਂ ਸੀਗੀਆਂ ਡਨ, ਸਾਈਡ ਵਾਲੀਆਂ ਉੱਚ ਕਰਾ ਤੇ ਮੈਂ ਵਾਰ ਮਿਸਤਰੀ ਨੂੰ ਕਹਿ ਕੇ, ਅਤੇ ਇੱਥੇ ਫਿਰ ਗੱਡੀ ਦੀ ਮੈਟ ਮੁਟ ਰੱਖ ਦਿਆ ਕਰਾਂਗੇ। ਇੱਕ ਰਾਂ ਟਲਦੇ ਅੰਦਰ ਟੱਪ ਕੇ, ਆਹ ਗੇਟ ਵੀ ਲੱਗ ਗਿਆ ਅਤੇ ਤਾਲਾ ਆ ਗਏ, ਥੋੜ੍ਹਾ ਪੁਰਾਣਾ ਲਾਇਆ, ਆਹ ਵੀ ਨਵਾਂ ਲਾ ਦਾਂਗੇ। ਅਤੇ ਦਰਵਾਜ਼ਾ ਪੇਂਟ ਕਰਾਉਣ ਵਾਲਾ, ਇਹਨੂੰ ਵੀ ਪੇਂਟ ਕਰਾਉਣਾ ਵਾ। ਅਤੇ ਬਾਕੀ ਇੱਦਾਂ ਦਾ ਆਪਣਾ ਸਰਵਿਸ ਸਟੇਸ਼ਨ। ਆਹ ਵਾਲੀ ਪੌੜੀਆਂ ਵੀ ਬਣਵਾਈਆਂ ਸੀਗੀਆਂ। ਚੱਲਦੇ ਆਪਾਂ ਚੱਲੀਏ ਥੱਲੇ ਇੱਕ ਮਿੰਟ, ਹੁਣ ਆ ਵੇ ਮੈਂ ਤਾਂ ਇੱਥੇ ਆ ਗਿਆ ਵਿੱਚ। ਠੀਕ ਆ ਜੀ, ਤਾਂ ਆਪਾਂ ਵਾਲਾ ਵਲੋਗ ਛੋਟ ਵਲੋਗ ਹੀ ਰੱਖਾਂਗੇ। ਅਤੇ ਆਪਾਂ ਇੱਕ ਜ਼ਰੂਰੀ ਗੱਲ ਕਰਨੀ ਆ, ਇੱਥੇ ਬਹਿ ਕੇ ਕਰਦੇ ਹਾਂ, ਅਤੇ ਉਹ ਜ਼ਰੂਰੀ ਗੱਲ ਆ ਵਾ ਜੀ, ਜਿੱਦਾਂ ਹੁਣ ਆਪਣੇ 800 ਸਬਸਕ੍ਰਾਈਬਰ ਆ, ਅਤੇ ਉਹ ਹਿਸਾਬ ਨਾਲ ਤਾਂ ਆਪਣੇ ਚੈਨਲ 'ਤੇ ਵਿਊ ਤਾਂ ਆਉਣ ਨਹੀਂ ਦਏ, ਵੱਧ ਤੋਂ ਵੱਧ 300 350 ਵਿਊ ਆਉਂਦਾ ਜੇ, 300 200 150 ਇੰਨੇ ਵਿਊ ਨਾ, ਤੁਹਾਨੂੰ ਵੀ ਪਤਾ ਕੀ ਹੁੰਦਾ, ਕੱਖ ਵੀ ਨਹੀਂ ਪਾਉਂਦਾ। ਸੋ ਆਹ ਇੱਕ ਇੱਕ ਰਿਕੁਐਸਟ ਆ ਵੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਸਬਸਕ੍ਰਾਈਬ ਅਤੇ ਲਾਈਕ ਦੋਵੇਂ ਚੀਜ਼ਾਂ ਫ੍ਰੀ ਆ, ਪੈਸੇ ਤਾਂ ਕਿਸੇ 'ਚ ਵੀ ਨਹੀਂ ਲੱਗਣੇ, ਨਾ ਸਬਸਕ੍ਰਾਈਬ ਕਰਨ 'ਚ ਲੱਗਣੇ ਆ ਅਤੇ ਨਾ ਹੀ ਲੱਗਣੇ ਆ ਆਪਣੇ ਲਾਈਕ ਕਰਨ 'ਚ। ਠੀਕ ਆ ਜੀ, ਅਤੇ ਵੇਖਣੇ ਤਾਂ ਉੱਦਾਂ ਵੀ ਨਹੀਂ ਲੱਗਣੇ, ਵੇਖਣਾ ਵੀ ਚਲੋ ਫ੍ਰੀ ਆ। ਹੁਣ ਦੇ ਦੇਣਾ ਕੀ ਆ ਵੀ ਆਪਣਾ ਜਿਹੜਾ ਕੌਨਫੀਡੈਂਸ ਵੱਧਦਾ ਵਲੋਗ ਬਣਾਉਂਦਾ, ਮੋਟੀਵੇਸ਼ਨ ਹੀ ਮਿਲਦੀ ਆ। ਸੋ ਆਹ ਗੱਲ ਨੂੰ ਪਲੀਜ਼ ਫੋਲੋ ਕਰੋ।
ਤੇ ਨੋਟੀਫਿਕੇਸ਼ਨ ਤੇ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਕਿਉਂਕਿ ਸਬਸਕ੍ਰਾਈਬ ਤੇ ਕੀਤਾ ਆਪਣੇ 800 ਸਬਸਕ੍ਰਾਈਬਰ ਤਾਂ ਹੀ ਹੋਏ ਆ। ਪਹਿਲੋਂ 1000 ਸੀਗੇ, 1000 ਚ ਥੋੜੇ ਕੋਈ ਨਹੀਂ ਮਾਈਨਸ ਵੀ ਹੋ ਗਏ ਆ। ਤੇ ਜਿੰਨਿਆਂ ਨੇ ਕੀਤਾ ਸਬਸਕ੍ਰਾਈਬ ਵੇਖ ਲਿਆ ਕਰੇ ਵੀਡੀਓ, ਠੀਕ ਹੈ ਜੀ। ਸੋ ਪਲੀਜ਼ ਆਹੋ ਰਿਕੁਐਸਟ ਆ ਵੀ ਫੋਲੋ ਕਰ ਲਿਓ ਆਹ ਗੱਲ ਨੂੰ, ਤੇ ਵਿਊ ਮਾੜੇ ਜਿਹੇ ਖਿੱਚ ਕੇ ਆਉਂਦੇ ਹੋ ਚੈਨਲ ਤੇ ਜਿਹੜੀਆਂ ਵੀਡੀਓ ਪਾਈ ਦੀਆਂ। 400-300 ਵਿਊ ਆਉਂਦੇ ਆਪਣੇ, ਵੱਧ ਤੋਂ ਵੱਧ 700 ਤੇ 800 ਵਿਊ ਕਰਦੇ ਕਰੋ ਪੂਰੇ, ਠੀਕ ਹੈ ਜੀ। ਓਕੇ ਜੀ, ਠੀਕ ਹੈ ਜੀ। ਆਪਾਂ ਜਿਹੜੇ ਆਪਣੇ ਸਰਵਿਸ ਸਟੇਸ਼ਨ ਤੇ ਕੱਲ ਗੱਡੀ ਵੀ ਖੜਾਈ ਸੀਗੀ ਆਪਣੀ, ਉਹ ਕਲਿੱਪ ਵੀ ਪਾ ਦੂੰਗਾ ਮੈਂ। ਤੇ ਚਲੀਏ ਘਰੇ। ਹਾਂ, ਹੁਣ ਇੱਕ ਬੰਦਾ ਲਿਆਉਣਾ ਦਿਹਾੜੀ ਦੇ, ਉਹ ਤੋਂ ਵੀ ਆਹ ਮਿੱਟੀ ਮਾੜੀ ਜਿਹੀ ਉਹਨੂੰ ਕਹਿਣਾ ਵਾ ਖਰੋਚ ਕੇ ਇੱਥੋਂ ਦਾ ਕਰ ਦੇ ਐਂਡ ਤੱਕ, ਤੇ ਜਿੰਨੀ ਉੱਥੋਂ ਤੱਕ ਪੈਂਦੀ ਹੋਊਗੀ ਠੀਕ ਆ, ਜੇ ਬਾਕੀ ਉੱਧਰੋਂ ਕਿਰਾਏ ਨਾ ਧੋ ਕੇ ਤੇ ਟੋਏ 'ਚ ਪਾ ਦਾਂਗੇ, ਟੋਆ ਭਰ ਦਾਂਗੇ। ਚਲੋ ਗਾਇਜ਼, ਇੱਥੇ ਕਰਦੇ ਹਾਂ ਵਲੋਗ ਖਤਮ। ਜੇ ਵਾਲਾ ਵਲੋਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਰਿਓ, ਤੇ ਹੋਰ ਨਵੇਂ ਨਵੇਂ ਵਧੀਆ ਵਧੀਆ ਵਲੋਗ ਦੇਖਣ ਲਈ ਸਬਸਕ੍ਰਾਈਬ ਕਰਿਓ। ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਵਲੋਗ। ਓਕੇ, ਬਾਏ ਗਾਇਜ਼।